ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ 'ਤੇ ਥਾਣਾ ਗੁਰਾਇਆਂ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਸ਼ੀਸ਼ੀਆਂ ਅਤੇ ਨਸ਼ੀਲੇ ਟੀਕਿਆਂ ਸਮੇਤ ਗ੍ਰਿਫਤਾਰ ਕੀਤਾ ਹੈ, ਜਦਕਿ ਇੱਕ ਔਰਤ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ DSP ਫਲੌਰ ਦਵਿੰਦਰ ਅਤਰੀ ਨੇ ਦੱਸਿਆ ਕਿ ਥਾਣਾ ਗੁਰਾਇਆਂ ਦੇ SHO ਲਖਵੀਰ ਸਿੰਘ ਦੀ ਅਗਵਾਈ ਵਿੱਚ SI ਜਗਦੀਸ਼ ਰਾਜ ਨੇ ਗਸ਼ਤ ਦੌਰਾਨ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨਿਰੰਕਾਰੀ ਭਵਨ ਅੱਟਾ ਤੋਂ ਵਰਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼, ਵਾਸੀ ਪਿੱਪਲਾਂ ਵਾਲਾ ਮੁਹੱਲਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਆਤਮਾ ਰਾਮ ਪੁੱਤਰ ਮਦਨ ਲਾਲ ਵਾਸੀ ਮੇਲੀ ਥਾਣਾ ਬਹਿਰਾਮ ਨੂੰ ਕਾਬੂ ਕਰਕੇ ਉਹਨਾਂ ਪਾਸੋਂ 198 ਨਸ਼ੀਲੀਆਂ ਸ਼ੀਸ਼ੀਆਂ ਅਤੇ 190 ਟੀਕੇ ਬਰਾਮਦ ਕੀਤੇ ਹਨ। ਇਸੇ ਤਰ੍ਹਾਂ SI ਮਲਕੀਤ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨਹਿਰ ਕੁਲੀ ਮੋੜ ਅੱਟਾ ਤੋਂ ਗੁਰਵਿੰਦਰ ਕੌਰ ਪਤਨੀ ਜਸਵੀਰ ਕੁਮਾਰ ਵਾਸੀ ਪਿੰਡ ਗੁਹਾਵਰ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਖਿਲਾਫ਼ ਥਾਣਾ ਗੁਰਾਇਆਂ ਵਿੱਚ ਬਣਦਾ ਮਾਮਲਾ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ। ਅੱਛਾ, ਜਿਹਦੇ ਤੁਹਾਨੂੰ ਪਤਾ ਵੀ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਜਲੰਧਰ ਰੂਰਲ ਪੁਲਿਸ ਵੱਲੋਂ ਮਾਨਯੋਗ ਸਰਦਾਰ ਨਵਜੋਤ ਸਿੰਘ ਮਾਨ SHP ਸਾਹਿਬ ਦੀ ਹਦਾਇਤ 'ਤੇ ਅੱਜ ਅਸੀਂ ਇੱਥੇ ਗੁਰਾਇਆਂ ਥਾਣੇ ਬੈਠੇ ਹਾਂ। ਇਹ 'ਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਦਿਨੀ ਕੱਲ੍ਹ SHO ਗੁਰਾਇਆਂ ਸਰਦਾਰ ਲਖਵੀਰ ਸਿੰਘ ਇੰਸਪੈਕਟਰ ਅਤੇ ਉਹਨਾਂ ਦੀ ਟੀਮ ਨੇ, ਜਿਹਦੇ ਵਿੱਚ SC ਜਗਦੀਸ਼ ਲਾਲ ਨੇ ਨਿਰੰਕਾਰੀ ਭਵਨ ਅੱਟਾ ਪਿੰਡ ਤੋਂ ਵਰਿੰਦਰ ਕੁਮਾਰ, ਆਤਮਾ ਰਾਮ ਵਾਸੀ ਮਿਲੀ ਬਹਿਰਾਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਉਹਨਾਂ ਨੂੰ ਕਾਬੂ ਕੀਤਾ ਅਤੇ ਉਹਨਾਂ ਤੋਂ ਤਲਾਸ਼ੀ ਦੌਰਾਨ ਜਿਹੜੀਆਂ ਕਰੀਬ 400 ਨਸ਼ੀਲੇ ਜਿਹੜੇ ਹੈਗੇ ਆ ਟੀਕੇ ਬਰਾਮਦ ਹੋਏ ਆ। ਉਹਨਾਂ ਦੇ ਕੋਲ ਕੋਈ ਪਰਮਿਟ ਜਾਂ ਕੋਈ ਇੱਦਾਂ ਦਾ ਲੀਗਲ ਜਿਹੜਾ ਡਾਕੂਮੈਂਟ ਨਹੀਂ ਸੀ, ਜਿਸ 'ਤੇ ਫਿਰ ਉਹਨਾਂ ਦੇ ਖਿਲਾਫ਼ ਜਿਹੜਾ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਜਿਹੜਾ ਪੇਸ਼ ਕਰਕੇ ਦਾ ਰਿਮਾਂਡ ਲਿਆ ਜਾ ਰਿਹਾ। ਇਸੇ ਦੌਰਾਨ ਹੀ ਇੱਕ ਲੇਡੀ ਗੁਰਵਿੰਦਰ ਕੌਰ ਪਤਨੀ ਜਸਵੀਰ ਸਿੰਘ ਵਾਸੀ ਗੁਹਾਵਰ, ਉਸਨੂੰ ਜਿਹੜਾ SC ਮਲਕੀਤ ਸਿੰਘ ਥਾਣਾ ਗੁਰਾਇਆ ਨੇ ਅੱਜ ਮੌਰਨਿੰਗ ਅਰਲੀ ਕਾਬੂ ਕਰਕੇ ਉਸ ਤੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਆ ਅਤੇ ਉਸਦੇ ਖਿਲਾਫ਼ ਵੀ ਜਿਹੜਾ ਹੈ ਪਰਚਾ FIR 76 ਨੰਬਰ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ। ਇਹ 'ਚ ਦੱਸਣ ਯੋਗ ਗੱਲ ਇਹ ਹੈ ਵੀ ਇਹ ਲੇਡੀ ਦੇ ਖਿਲਾਫ਼ ਪਹਿਲਾਂ ਵੀ ਪਰਚੇ ਆ NDPS ਦੇ ਅਤੇ ਇਸਦੇ ਘਰ ਵਾਲਾ ਜੋ ਕਿ ਹੁਣੇ ਉਹ ਪਿੱਛੇ ਥੋੜ੍ਹੇ ਦਿਨ ਪਹਿਲਾਂ ਜੇਲ੍ਹ ਤੋਂ ਆਇਆ, ਉਹਦੇ ਵੀ ਜਿਹੜੇ ਆਪਣਾ ਪਹਿਲਾਂ ਕਾਫ਼ੀ ਕਹਿੰਦੇ ਪਰਚੇ ਦਰਜ ਹੈਗੇ ਆ ਅਤੇ ਇਹਦੀ ਢੰਗਾਈ ਨਾਲ ਤਫਤੀਸ਼ ਕਰਕੇ ਅਤੇ ਹੋਰ ਜਿਹੜਾ ਕੋਈ ਸਾਹਮਣੇ ਕੋਈ ਮੁਲਜ਼ਮ ਕੋਈ ਰਿਕਵਰੀ ਆ ਉਹ ਕੀਤੀ ਜਾਵੇ। ਧੰਨਵਾਦ।